ਪਾਰਟੀ ਭਾਵੇਂ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰਕੇ ਉਹਨਾਂ ਨੂੰ ਜਿਤਾਉਣ ਦੇ ਦਾਅਵੇ ਕਰ ਰਹੀ ਹੈ, ਪਰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਹਰਿੰਦਰ ਸਿੰਘ ਖਾਲਸਾ, ਜਿਨ੍ਹਾਂ ਨੇ ਬੀਜੇਪੀ ਦਾ ਦਾਮਨ ਫੜ ਕੇ ਪਾਰਟੀ ਦੀ ਫਜ਼ੀਅਤ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਇਸ ਬਾਰੇ ਗੱਲਬਾਤ ਕਰਦਿਆਂ ਸਾਡੇ ਪੱਤਰਕਾਰ ਸੰਜੀਵ ਗੋਇਲ ਨੇ ਨਾਭਾ ਤੋਂ ਚੋਣ ਲੜ ਚੁੱਕੇ ਗੁਰਦੇਵ ਸਿੰਘ ਉਰਫ ਦੇਵ ਮਾਨ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਪਾਰਟੀ ਦੇ ਅਹਿਮ ਮੁੱਦਿਆਂ 'ਤੇ ਸਾਡੇ ਪੱਤਰਕਾਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਲੋਕ ਸਭਾ 2014 ਦੀ ਜਦੋਂ ਇਲੈਕਸ਼ਨ ਹੋਈ ਸੀਗੀ ਤਾਂ ਹਰਿੰਦਰ ਸਿੰਘ ਖਾਲਸਾ ਜੀ ਜਿਹੜੇ ਸੀਗੇ ਉਹ ਆਮ ਪਾਰਟੀ ਵੱਲੋਂ ਉਮੀਦਵਾਰ ਸੀਗੇ, ਪਰ ਲੋਕਾਂ ਦਾ ਬਹੁਤ ਭਾਰੀ ਸਮਰਥਨ ਮਿਲਿਆ ਅਤੇ ਉਹ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਉਹ ਵਿਨਰ ਹੋਏ ਔਰ ਝਾੜੂ ਦੇ ਨਿਸ਼ਾਨ 'ਤੇ ਚੋਣ ਜਿੱਤੇ। ਪਰ ਜਿਵੇਂ ਗਾਂਧੀ ਸਾਹਿਬ ਦੀ ਪ੍ਰੋਬਲਮ ਸੀਗੀ, ਸੇਮ ਖਾਲਸਾ ਸਾਹਿਬ ਦੀ ਪ੍ਰੋਬਲਮ ਸੀਗੀ, ਉਹਨਾਂ ਨੇ ਕੀ ਕੀਤਾ ਜੀ ਕਿ ਪਾਰਟੀ ਦੇ ਖਿਲਾਫ਼ ਹੀ ਕੂੜ ਪ੍ਰਚਾਰ ਕਰਨਾ ਸ਼ੁਰੂ ਕਰਤਾ। ਕੂੜ ਪ੍ਰਚਾਰ ਇੰਨਾ ਕੁ ਕਰਤਾ ਵੀ ਕੇਜਰੀਵਾਲ ਸਾਹਿਬ ਨੂੰ ਗਲਤ ਕਹਿਣਾ ਸ਼ੁਰੂ ਕਰਤਾ, ਪਾਰਟੀ ਦੇ ਕਹਿਣਾ ਸ਼ੁਰੂ ਕਰਤਾ, ਔਰ ਉਹਨਾਂ ਨੇ ਜਿੰਨੀ ਦੇਰ ਮੈਂਬਰ ਪਾਰਲੀਮੈਂਟ ਰਹੇ ਉਹਨਾਂ ਨੇ ਲੋਕ ਸਭਾ ਜਿਹੜੀ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜੀ। ਸਿਰਫ ਤਾਂ ਸਿਰਫ ਆਪਣੀ ਜਿਹੜੀ ਉਹ ਤਨਖਾਹ ਇਸਤੇਮਾਲ ਕੀਤੀ ਆ, ਗੱਡੀਆਂ ਇਸਤੇਮਾਲ ਕੀਤੀਆਂ, ਤੇਲ ਇਸਤੇਮਾਲ ਕੀਤਾ, ਇਸ ਤੋਂ ਬਾਅਦ ਕੁਛ ਨਹੀਂ ਕੀਤਾ ਜੀ। ਪਰ ਹੁਣ ਤਾਂ ਬਿਲਕੁਲ ਚਿਹਰਾ ਸਾਹਮਣੇ ਆ ਗਿਆ ਕਿ ਅਗਰ ਉਹਨਾਂ ਨੇ ਮੈਂਬਰ ਪਾਰਲੀਮੈਂਟ ਹੋ ਕੇ ਕੰਮ ਨਹੀਂ ਕੀਤੇ, ਕਿਉਂ ਨਹੀਂ ਕੀਤੇ, ਉਹਦਾ ਕਾਰਨ ਇਹ ਸੀਗਾ ਉਹਦੀ ਬੈਕ ਸਾਈਡ 'ਤੇ ਕੋਈ ਪਲਾਨਰ ਸੀਗਾ, ਕੰਮ ਕਰ ਰਿਹਾ ਸੀਗਾ, ਔਰ ਹੁਣ ਸਾਫ਼ ਪਤਾ ਲੱਗ ਗਿਆ ਕਿ ਜੀ ਹੁਣ ਨਾਂ ਹਰਿੰਦਰ ਸਿੰਘ ਖਾਲਸਾ ਔਰ ਆਪਣਾ ਨਾਂ ਦੇ ਮੁਤਾਬਕ ਵੀ ਜਿਹੜਾ ਜੀ ਖਾਲਸਾ ਜਿਹੜਾ ਹੁੰਦਾ ਨਾ ਜੀ ਉਹ ਆਪਣਾ ਫੈਸਲਾ ਜਿਹੜਾ ਜੀ ਐਸਾ ਉਹਦਾ ਫੈਸਲਾ ਹੁੰਦਾ ਕਿ ਲੋਕਾਂ ਦੇ ਹਮੇਸ਼ਾ ਹੱਕ ਦੀ ਗੱਲ ਕਰਦਾ, ਪਰ ਹਰਿੰਦਰ ਸਿੰਘ ਖਾਲਸਾ ਜੀ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਜਿਹੜਾ ਚਿਹਰਾ ਸੀਗਾ ਉਹ ਸਪਸ਼ਟ ਕਰਤਾ ਕਿ ਉਹ ਲੰਮੇ ਸਮੇਂ ਤੋਂ ਕਿਉਂ ਕੰਮ ਨਹੀਂ ਸੀ ਕਰ ਰਹੇ, ਕਿਉਂ ਆਮ ਪਾਰਟੀ ਦੇ ਖਿਲਾਫ਼ ਬੋਲਦੇ ਸੀ, ਪਰ ਉਹ ਸਾਰਾ ਕੁਝ ਸਾਬਤ ਹੋ ਗਿਆ ਕਿਉਂਕਿ ਬੀਜੇਪੀ ਨੇ ਪਲਾਂਟ ਕੀਤਾ ਹੋਇਆ ਸੀਗਾ ਔਰ ਬੀਜੇਪੀ ਨੇ ਉਹਨੂੰ ਬੈਕ ਤੋਂ ਸਪੋਰਟ ਕਰ ਰਹੇ ਸੀ। ਮਨ ਤੋਂ ਇੱਕ ਦੱਸੋ, ਪਟਿਆਲਾ ਸੀਟ ਤੋਂ ਤੁਸੀਂ ਕਿਸ ਕੈਂਡੀਡੇਟ ਨੂੰ ਆਪਣਾ MP ਦੀ ਸੀਟ 'ਤੇ ਲੈ ਕੇ ਆ ਰਹੇ ਹੋ? ਦੇਖੋ ਜੀ, ਜਦੋਂ 2014 ਦੀ ਇਲੈਕਸ਼ਨ ਸੀਗਾ ਧਰਮਵੀਰ ਗਾਂਧੀ ਸਾਹਿਬ ਨੂੰ ਆਮ ਪਾਰਟੀ ਨੇ ਟਿਕਟ ਦਿੱਤੀ ਸੀ ਪਰ ਉਹ ਬਾਗੀ ਹੋ ਗਏ ਸੀਗੇ, ਪਰ ਹੁਣ ਉਹ ਆਪਣਾ ਇੱਕ ਵੱਖਰੀ ਪਾਰਟੀ ਬਣਾ ਕੇ ਉੱਥੋਂ ਉਹ ਇਲੈਕਸ਼ਨ ਲੜ ਰਹੇ ਹੈ। ਆਮ ਪਾਰਟੀ ਦੇ ਵਿੱਚ ਸਾਡੇ ਕੋਲ ਬਹੁਤ ਕੈਪੇਬਲ ਕੈਂਡੀਡੇਟ ਨੇ ਜੀ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਆ, ਜਿਨ੍ਹਾਂ ਨੇ ਬਕਾਇਦਾ ਐਪਲੀਕੇਸ਼ਨ ਦਿੱਤੀ ਹੈ ਜੀ। ਉਹ ਸਾਡੇ ਕੋਲ 4-5 ਉਮੀਦਵਾਰ ਨੇ, ਉਹ 4-5 ਉਮੀਦਵਾਰਾਂ ਦੇ ਵਿੱਚੋਂ ਮੇਬੀ ਵਿਦਇਨ 1 ਵੀਕ, ਇੱਕ ਹਫ਼ਤੇ ਦੇ ਵਿੱਚ ਜਿਹੜਾ ਲੋਕ ਸਭਾ ਪਟਿਆਲਾ ਤੋਂ ਆਮ ਪਾਰਟੀ ਦਾ ਉਮੀਦਵਾਰ ਜਿਹੜਾ ਉਹ ਸਾਹਮਣੇ ਆਉਂਦਾ।